ਵਾਲੇਕੁਮ ਸਾਰਿਆਂ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਨਾ ਯਾਰ 4 ਇੰਚ ਦਾ ਟੂਲ ਦਿਖਾਉਣਾ ਵਾ, ਟਰਬੈਨ, ਉਹ ਜਿਹਦਾ ਚੱਲਦਾ ਫੀਟਰ ਦੇ ਉੱਪਰ। ਤੁਹਾਨੂੰ ਦੱਸਦੇ ਹਾਂ ਕਿੰਨਾ ਪਾਣੀ ਕੱਢਦਾ, ਤੁਹਾਨੂੰ ਦੱਸਦੇ ਹਾਂ ਕਿੰਨੀ ਦੇਰ 'ਚ ਕੱਢਦਾ, ਤਾਂ ਟੋਟਲ ਕਿੰਨਾ ਖਰਚਾ ਆਇਆ ਸੀ ਇਹਨੂੰ ਲਗਵਾਉਣ 'ਤੇ। ਆ ਜਾਂਦੇ ਜੀ ਆਪਣਾ ਆਹ ਫੀਟਰ, ਆਹ ਟਰਬੈਨ 4 ਇੰਚੀ ਦੀ, ਬੋਰ ਹੈਗਾ 4-5 ਦਾ, ਠੀਕ ਹੋ ਗਿਆ, ਅਤੇ ਟਰਬੈਨ ਹੈਗੀ 4 ਦੀ, ਆਹ ਜਿਹੜਾ ਹੈਗਾ ਵਾ 25 ਹੋਸ ਪਾਵਰ। ਪੂਰੀ ਡਿਟੇਲ 'ਚ ਜਾਂਦੇ ਹੁਣ, ਇਹਨੂੰ ਲਗਵਾਉਣ 'ਤੇ ਖਰਚਾ ਆਇਆ ਬੋਰ ਵਗੈਰਾ 'ਤੇ 2.5 ਲੱਖ ਰੁਪਇਆ, ਬੋਰ ਵਗੈਰਾ 'ਤੇ ਉੱਪਰਲਾ ਖਰਚਾ ਤਕਰੀਬਨ 3 ਲੱਖ 'ਚ ਆਪਾਂ ਨੂੰ ਆਹ ਪੈ ਗਈ ਸੀਗੀ। 2019 'ਚ ਲਗਵਾਈ ਆ, 2019 'ਚ ਲੱਗੀ ਸੀ, ਠੀਕ ਹੈ, ਇਸ ਜਗ੍ਹਾ 'ਤੇ। ਅਤੇ ਪਾਣੀ ਅੰਦਾਜ਼ ਥੋੜ੍ਹਾ ਜਿਹਾ ਖਾਰਾ ਵਾ, ਮਤਲਬ ਬਿਹਤਰੀਨ ਨਹੀਂ ਪਾਣੀ, ਪਾਣੀ ਖਾਰਾ ਵਾ, ਕਿਉਂਕਿ ਸਾਡੇ ਇਸ ਇਲਾਕੇ ਦਾ ਨਾ ਆਹ ਜਿੰਨੀਆਂ ਵੀ ਜ਼ਮੀਨਾਂ ਵਾ ਇੱਧਰੋਂ ਖਾਰਾ ਪਾਣੀ ਆ, ਸਿਵਾਏ ਉਹ ਬਾਗ ਤੋਂ ਜਿਹੜਾ ਬਾਗ ਲੱਗਾ ਨਾ ਸਾਹਮਣੇ, ਉਸ ਤੋਂ ਪਰਾਂ ਪਰਾਂ ਜਿਹੜਾ ਮਿੱਠਾ ਪਾਣੀ ਆ, ਉਹ ਟੂਵੈਲ ਦਾ ਵੀ ਮਿੱਠਾ ਪਾਣੀ ਆ, ਠੀਕ ਹੋ ਗਿਆ। ਅਤੇ ਇਹਨੂੰ ਲਗਵਾਉਣ 'ਤੇ ਖਰਚਾ ਆਇਆ ਸੀਗਾ ਤਕਰੀਬਨ 3 ਲੱਖ ਲਗਾ ਲਓ ਤੁਸੀਂ, 3 ਲੱਖ ਰੁਪਇਆ ਲਗਾਉਣ 'ਤੇ ਖਰਚਾ ਆ ਗਿਆ। ਉਸ ਤੋਂ ਬਾਅਦ ਇਹਦਾ ਖਰਚਾ ਲਗਾ ਲਈਏ, ਇਹ ਆਪਣਾ ਕੋਲ ਆਪਣਾ ਪੁਰਾਣਾ ਪਿਆ ਸੀ ਫੀਟਰ, ਇਹਨੂੰ ਠੀਕ ਕਰਵਾਇਆ, 15,000 ਰੁਪਇਆ ਲੱਗਾ ਸੀ ਇਹਦੇ ਉੱਪਰ, ਅਤੇ ਠੀਕ ਹੋ ਗਿਆ ਸੀਗਾ। ਅਤੇ ਪਾਣੀ ਬਿਹਤਰੀਨ ਜਿਹਾ ਕੱਢਦੀ ਆ, 1 ਘੰਟੇ ਦੇ ਅੰਦਰ 1 ਦੁਹਾੜਾ ਕੰਪਲੀਟ ਕਰ ਦਿੰਦੀ ਆ, 2.5 ਲੀਟਰ ਖਾਂਦਾ, 2 ਲੀਟਰ ਖਾਂਦਾ ਇਹ ਜਿਹੜਾ ਆਪਣਾ ਫੀਟਰ 25 ਹੋਸ ਪਾਵਰ ਇਹਦੇ ਉੱਪਰ, ਕਿਉਂਕਿ ਇਹ ਥੋੜ੍ਹਾ ਜਿਹਾ ਵੱਡਾ ਹੁੰਦਾ ਨਾ, 30 ਹੋਸ ਪਾਵਰ 35 ਹੋਸ ਪਾਵਰ ਦਾ, ਫਿਰ ਤੇਲ ਘੱਟ ਖਾਣਾ ਸੀਗਾ, ਕਿਉਂਕਿ ਇਹ ਥੋੜ੍ਹੀ ਵੱਡੀ ਆ ਅਤੇ ਇਹਦੇ ਜ਼ੋਰ ਜ਼ਿਆਦਾ ਲੱਗਦਾ। 30-35 ਹੋਸ ਪਾਵਰ ਦਾ ਲੱਭਣ ਨੇ, ਪਰ ਮਿਲਿਆ ਨਹੀਂ ਆਪਾਂ ਨੂੰ, ਜਿੱਦਣ ਮਿਲਿਆ ਉਹ ਇਹ ਪੱਟ ਕੇ ਉਹ ਰੱਖ ਦੇਣਾ ਇਹਦੀ ਥਾਂ 'ਤੇ, ਅਤੇ ਭਰ ਦਿੰਦਾ ਵਾ। ਭਰਨ ਤੋਂ ਬਾਅਦ ਆਪਣਾ ਹੋਰ ਇਹਦੀ ਗੱਲ ਕਰ ਲਈਏ ਕਿ ਇਹਦੇ ਵਿੱਚ ਪਾਣੀ ਜਾਂਦਾ ਇੱਧਰੋਂ ਦੀ, ਠੀਕ ਹੋ ਗਿਆ। ਅਤੇ ਐਂ ਜਿਹੜਾ ਹੈਗਾ ਫੀਟਰ ਨਾ 1-2 ਵਾਰੀ ਖੋਲ੍ਹਣ ਦੀ ਵੀ ਕੋਸ਼ਿਸ਼ ਕੀਤੀ, ਇੱਥੋਂ ਨਾ ਲੋਕਾਂ ਨੇ ਖੋਲ੍ਹ ਲਿਆ ਸੀਗਾ, ਇੱਧਰੋਂ ਵੀ ਅਤੇ ਇੱਧਰੋਂ ਵੀ ਖੋਲ੍ਹ ਕੇ ਲੈ ਕੇ ਚੱਲੇ ਸੀ, ਪਰ ਚੁੱਕਿਆ ਨਹੀਂ ਗਿਆ। ਉੱਧਰੋਂ ਕੋਈ ਆ ਗਿਆ, ਉਹ ਸਾਹਮਣੇ ਖੱਡਾ ਲੱਗਾ ਕਰੇਨ ਦਾ, ਉਹ ਸਾਹਮਣੇ ਸ਼ਾਇਦ ਤੁਹਾਨੂੰ ਦਿਖਿਆ ਹੋਵੇ, ਉਹ ਸਾਹਮਣੇ ਦੇਖੋ ਨਾ, ਉਹ ਖੱਡਾ ਲੱਗਾ ਹੋਇਆ ਉੱਥੇ ਕਰੇਨ ਦਾ, ਅਤੇ ਇਸ ਵਜ੍ਹਾ ਤੋਂ ਬਚ ਗਿਆ, ਨਹੀਂ ਤਾਂ ਆਪਣਾ ਇਹ ਕਿਸੇ ਨੇ ਚੁੱਕ ਕੇ ਲੈ ਜਾਣਾ ਸੀ ਚੋਰਾਂ ਨੇ। ਉਹ ਆ ਗਿਆ ਆਪਣਾ ਡਰਾਈਵਰ।